ਬਲਕੌਰ ਸਿੰਘ ਜੀ ਸਾਡੀ ਵਿਰੋਧੀ ਪਾਰਟੀ ਲਈ ਪ੍ਰਚਾਰ ਕਰ ਰਿਹਾ ਹੈ, ਮਗਰ ਸਰਦਾਰ ਬਲਕੌਰ ਸਿੰਘ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੋ ਉਹਨਾਂ ਦੇ ਬੱਚੇ ਨਾਲ ਹੋਇਆ, ਦੇਸ਼ ਦੁਨੀਆ ਦੇ ਇੱਕ ਵੱਡੇ ਕਲਾਕਾਰ ਫਨਕਾਰ ਨਾਲ ਹੋਇਆ, ਜਿਹਨੂੰ ਅਰਬਾਂ ਕਰੋੜਾਂ ਲੋਕ ਉਹਦਾ ਪਿਆਰ ਕਰਦੇ ਨੇ, ਸਾਧ ਸੰਗਤ ਜੀ ਉਸ ਗੱਲ ਦੀ ਮੈਂ ਨਿੰਦਿਆ ਵੀ ਕਰਦਾ, ਔਰ ਜਿਸ ਬੇਰਹਿਮੀ ਨਾਲ ਉਹਦਾ ਕਤਲ ਕਰਾਇਆ ਗਿਆ, ਔਰ ਅੱਜ ਮੈਂ ਸਟੇਜ ਤੋਂ ਕਹਿ ਕੇ ਚੱਲਿਆ ਰੱਬ ਸੁੱਖ ਰੱਖੇ, ਜੇ ਕਦੇ ਮੌਕਾ ਮਿਲਿਆ ਅੱਜ ਮੈਂ ਮਾਨਸੇ ਦੀ ਇਸ ਭਰੀ ਅਦਾਲਤ 'ਚ ਕਹਿ ਕੇ ਚੱਲਿਆ ਕਿ ਪਹਿਲਾ ਪਰਚਾ ਬਣਦੇ ਸਾਰ ਭਗਵੰਤ ਮਾਨ ਤੇ ਹੋਊਗਾ। ਬਾਦਲ ਸਾਹਿਬ, ਪਹਿਲੀ ਵਾਰੀ ਹੋਇਆ ਕਿ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ, ਔਰ 92 ਸੀਟਾਂ ਜਿਨ੍ਹਾਂ ਨੇ ਵੀ ਜਿਤਾਈਆਂ ਨੇ ਲੋਕਾਂ ਨੇ, ਪੰਜਾਬ ਦਿਆਂ ਨੇ, ਇਹਨਾਂ ਨੂੰ ਮਾਣ ਬਖਸ਼ਿਆ। ਮਗਰ ਸਿਰ ਪਹਿਲੀ ਵਾਰੀ ਇਹ ਹੋਇਆ ਕਿ ਅੱਜ ਜੇ ਕਿਤੇ ਸੱਤ ਤੇ ਬਹਿ ਕੇ ਪੁੱਛੋ ਕਿ ਭਾਈ ਤੂੰ ਵੋਟ ਝਾੜੂ ਨੂੰ ਪਾਈ, ਕਹਿੰਦਾ ਨਹੀਂ ਮੈਂ ਨਹੀਂ ਪਾਈ, ਮੇਰੇ ਗਵਾਂਢੀ ਨੇ ਪਾਈ ਹੋਣੀ। ਔਰ ਜਿਸ ਦਿਨ ਇਹ ਫੈਸਲਾ ਆਇਆ ਕਿ 92 ਸੀਟਾਂ ਜਿੱਤ ਗਿਆ ਔਰ ਜੁਗਨੂ ਨੇ ਮੁੱਖ ਮੰਤਰੀ ਬਣਨਾ, ਮੈਂ ਉਦਣ ਹੀ ਹਿਸਾਬ ਲਾ ਲਿਆ ਸੀ ਮੈਂ ਰੱਬ ਰਾਖਾ ਮੈਂ ਹੁਣ, ਕਿਉਂਕਿ ਖਾਧੀ ਪੀਤੀ 'ਚ ਪੰਜਾਬ ਨਹੀਂ ਚੱਲਣਾ, ਖਾਧੀ ਪੀਤੀ 'ਚ ਤਾਂ ਮੋਟਰਸਾਈਕਲ ਨਹੀਂ ਚੱਲਦਾ, ਤੇ ਖਾਧੀ ਪੀਤੀ 'ਚ ਕੋਈ ਕਿਸੇ ਨੂੰ ਨਿਆਣਾ ਨਹੀਂ ਫੜਾਉਂਦਾ, ਇੱਥੇ 3 ਕਰੋੜ ਦੇ ਹੱਥੋਂ ਤੇ ਹਵਾਲੇ ਕਰਦੇ। ਬਾਦਲ ਸਾਹਿਬ, ਪਹਿਲੀ ਵਾਰੀ ਹੋਇਆ ਕਿ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਔਰ 92 ਸੀਟਾਂ ਜਿਨ੍ਹਾਂ ਨੇ ਵੀ ਜਿਤਾਈਆਂ ਨੇ ਲੋਕਾਂ ਨੇ, ਪੰਜਾਬ ਦਿਆਂ ਨੇ, ਇਹਨਾਂ ਨੂੰ ਮਾਣ ਬਖਸ਼ਿਆ। ਮਗਰ ਸਿਰ ਪਹਿਲੀ ਵਾਰੀ ਇਹ ਹੋਇਆ ਕਿ ਅੱਜ ਜੇ ਕਿਤੇ ਸੱਤ ਤੇ ਬਹਿ ਕੇ ਪੁੱਛੋ ਕਿ ਭਾਈ ਤੂੰ ਵੋਟ ਝਾੜੂ ਨੂੰ ਪਾਈ, ਕਹਿੰਦਾ ਨਹੀਂ ਮੈਂ ਨਹੀਂ ਪਾਈ, ਮੇਰੇ ਗਵਾਂਢੀ ਨੇ ਪਾਈ ਹੋਣੀ। ਸ਼ਰਮਸਾਰ ਨੇ ਲੋਕ, ਕਿਉਂਕਿ ਬਦਲਾਵ ਦੇ ਨੋਂ ਤੇ ਭੋਲੇ ਭਾਲੇ ਲੋਕਾਂ ਨਾਲ ਧੋਖਾ ਹੋਇਆ ਅੱਜ ਮੇਰੇ ਵੀਰੋ। ਔਰ ਜਿਸ ਦਿਨ ਇਹ ਫੈਸਲਾ ਆਇਆ ਕਿ 92 ਸੀਟਾਂ ਜਿੱਤ ਗਿਆ ਔਰ ਜੁਗਨੂ ਨੇ ਮੁੱਖ ਮੰਤਰੀ ਬਣਨਾ, ਮੈਂ ਉਦਣ ਹੀ ਹਿਸਾਬ ਲਾ ਲਿਆ ਸੀ ਮੈਂ ਰੱਬ ਰਾਖਾ ਮੈਂ ਹੁਣ, ਕਿਉਂਕਿ ਖਾਧੀ ਪੀਤੀ 'ਚ ਪੰਜਾਬ ਨਹੀਂ ਚੱਲਣਾ, ਖਾਧੀ ਪੀਤੀ 'ਚ ਤਾਂ ਮੋਟਰਸਾਈਕਲ ਨਹੀਂ ਚੱਲਦਾ, ਤੇ ਖਾਧੀ ਪੀਤੀ 'ਚ ਕੋਈ ਕਿਸੇ ਨੂੰ ਨਿਆਣਾ ਨਹੀਂ ਫੜਾਉਂਦਾ, ਇੱਥੇ 3 ਕਰੋੜ ਦੇ ਹੱਥੋਂ ਦੇ ਹਵਾਲੇ ਕਰਦੇ। ਮੇਰੇ ਵੀਰੋ, ਆਹ ਧਰਤੀ ਜਿੱਥੇ ਆਪਾਂ ਇਕੱਠੇ ਹੋਏ ਹਾਂ ਇਹ ਉਹ ਧਰਤੀ ਆ ਜਿੱਥੋਂ ਸਿੱਧੂ ਮੂਸੇ ਵਾਲੇ ਨੇ ਵੀ ਲੜਾਈ ਲੜੀ ਸੀ। ਅੱਜ ਭਾਵੇਂ ਉਹ ਇਸ ਫਾਂਸੀ ਫਾਨੀ ਸੰਸਾਰ 'ਚ ਨਹੀਂ ਆ, ਅੱਜ ਭਾਵੇਂ ਸਰਦਾਰ ਬਲਕਾਰ ਸਿੰਘ ਜੀ, ਬਲਕੌਰ ਸਿੰਘ ਜੀ ਸਾਡੀ ਵਿਰੋਧੀ ਪਾਰਟੀ ਲਈ ਪ੍ਰਚਾਰ ਕਰ ਰਿਹਾ, ਮਗਰ ਸਰਦਾਰ ਬਲਕੌਰ ਸਿੰਘ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੋ ਉਹਨਾਂ ਦੇ ਬੱਚੇ ਨਾਲ ਹੋਇਆ, ਦੇਸ਼ ਦੁਨੀਆ ਦੇ ਇੱਕ ਵੱਡੇ ਕਲਾਕਾਰ ਫਨਕਾਰ ਨਾਲ ਹੋਇਆ, ਜਿਹਨੂੰ ਅਰਬਾਂ ਕਰੋੜਾਂ ਲੋਕ ਉਹਦਾ ਪਿਆਰ ਕਰਦੇ ਨੇ, ਸਾਧ ਸੰਗਤ ਜੀ ਉਸ ਗੱਲ ਦੀ ਮੈਂ ਨਿੰਦਿਆ ਵੀ ਕਰਦਾ, ਔਰ ਜਿਸ ਬੇਰਹਿਮੀ ਨਾਲ ਉਹਦਾ ਕਤਲ ਕਰਾਇਆ ਗਿਆ, ਔਰ ਅੱਜ ਮੈਂ ਸਟੇਜ ਤੋਂ ਕਹਿ ਕੇ ਚੱਲਿਆ ਰੱਬ ਸੁੱਖ ਰੱਖੇ, ਜੇ ਕਦੇ ਮੌਕਾ ਮਿਲਿਆ ਅੱਜ ਮੈਂ ਮਾਨਸੇ ਦੀ ਇਸ ਭਰੀ ਅਦਾਲਤ 'ਚ ਕਹਿ ਕੇ ਚੱਲਿਆ ਕਿ ਪਹਿਲਾ ਪਰਚਾ ਬਣਦੇ ਸਾਰ ਭਗਵੰਤ ਮਾਨ ਤੇ ਹੋਊਗਾ, ਦੂਜਾ ਪਰਚਾ, ਪਹਿਲਾ ਪਰਚਾ ਸਿਕਿਉਰਿਟੀ ਘਟਾਉਣ ਦਾ
ਔਰ ਦੂਜਾ ਪਰਚਾ ਇਹਦੇ ਚਮਚੇ ਬਲਤੇਜ ਪੰਨੂ ਤੇ ਆਊਗਾ। ਹਵਾ ਵੇਖ ਲੋ ਉਦੋਂ ਕਿਵੇਂ ਸੀ, ਜਿਹਦਾ ਇੱਕ ਇੱਕ ਗੀਤ ਦੇ ਕਰੋੜਾ ਕਰੋੜਾ ਲਾਈ ਖੋਨ। ਸਾਧ ਸੰਗਤ ਜੀ ਝਾੜੂ ਕਿਵੇਂ ਫਿਰਿਆ ਕਿ ਇੱਥੋਂ ਸਾਡੇ ਸਤਿਕਾਰਯੋਗ ਵਿਜੇ ਸਿੰਗਲਾ ਜੀ ਜਿੱਤੇ ਔਰ 64,000 ਨਾਲ ਜਿੱਤੇ। ਅੱਜ ਮੈਂ ਬੜੀ ਵੱਡੀ ਗੱਲ ਕਹਿਣ ਲੱਗਿਆ, ਬਾਦਲ ਸਾਹਿਬ ਪ੍ਰੇਮ ਜੀ ਮੇਰੀ ਗੱਲ ਸੁਣ ਲਿਓ, ਇਹ ਅਰੋੜਾ ਸਾਹਿਬ, ਇਹ ਬਾਬਾ ਜੀ, ਗਰੀਬਾਂ ਦੀ ਸੁਣ ਲਓ, ਮਾਝੀਓ ਚੱਲ ਕੇ ਆਇਆ।